ਤੁਸੀਂ ਆਪਣਾ ਨਾਮ ਦੱਸੋਗੇ? ਮੇਰਾ ਨਾਮ ਜਸਵਿੰਦਰ ਕੌਰ। ਜਸਵਿੰਦਰ ਕੌਰ ਜੀ, ਤੁਸੀਂ ਕੀ ਦੇਖਿਆ ਦੱਸੋਗੇ ਸਾਨੂੰ? ਅਸੀਂ ਤਾਂ ਬਸ ਦੇਖਿਆ ਕਿ ਅਸੀਂ ਜਦੋਂ ਨਾ ਉੱਠੇ ਹਾਂ ਸਵੇਰੇ, ਦੁੱਧ ਵਾਲਾ ਭਾਈ ਸਾਡੇ ਦੇਣ ਆਉਂਦਾ ਹੁੰਦਾ, ਉਹ ਕਹਿੰਦਾ ਵੀ ਉੱਥੇ ਜਿਹੜੇ ਬੰਦੇ ਸੀਗੇ ਉਹ ਜਦੋਂ ਗਿਆ ਨਾ, ਉਹ ਸਾਰੇ ਬੇਹੋਸ਼ ਹੁੰਦੇ ਪਏ ਸੀ, ਉਹ ਜਦੋਂ ਰੌਲਾ ਜਿਹਾ ਪਿਆ ਤਾਂ ਉਹ ਕਹਿੰਦੇ ਸਾਨੂੰ ਵੀ ਗੈਸ ਚੜ੍ਹਨ ਲੱਗ ਗਈ, ਫਿਰ ਉਹ ਤਾਂ ਸਾਰੇ ਭੱਜਿਆ ਏ, ਉਦੋਂ ਬਾਅਦ ਫਿਰ ਪੁਲਿਸ ਆ ਗਈ, ਫਿਰ ਉੱਥੇ ਕਿਸੇ ਨੂੰ ਜਾਣ ਹੀ ਨਹੀਂ ਦਿੱਤਾ, ਤੇ ਉਸ ਵੇਲੇ ਪਤਾ ਨਹੀਂ 10 ਕੁ ਬੰਦੇ ਤਾਂ ਸੀਗੇ ਅੰਦਰ, ਉਹ ਜਦੀ ਮਰ ਗਏ, ਉਹ ਗੈਸ ਜਿਹੜੀ ਆਏ ਨਾ ਕੋਈ ਹੋਰ ਹੀ ਅੰਦਰੋਂ ਨਹੀਂ ਗੈਸ ਨਿਕਲੀ, ਉਹ ਕੋਈ ਉੱਥੇ ਹੈਗੀ ਆ ਉਹ ਸੀਵਰੇਜ ਦੇ ਵਿੱਚੋਂ ਕਿਸੇ ਨੇ, ਜਾਂ ਪਤਾ ਨਹੀਂ ਉਹਦਾ ਕੀ ਸਿਸਟਮ ਆ, ਹੁਣ ਉਹ ਤਾਂ ਗੈਸਾਂ ਵਾਲੀ ਦੱਸਣਗੇ ਕਿਹੜੀ ਗੈਸ ਆ, ਇਹ ਤਾਂ ਹੁਣ ਆਪਾਂ ਨੂੰ ਕੀ ਪਤਾ। ਜਹਾਂ ਸੇ ਵੋ ਗੈਸ ਕਾ ਹਾਦਸਾ ਹੁਆ ਵਹਾਂ ਸੇ ਕਿਤਨੇ ਦੂਰ ਰਹਤੇ ਹੈਂ? ਆ ਦੇ ਸਾਡੇ ਸਾਹਮਣੇ ਆ, ਆ ਦੇਖੋ ਸਾਹਮਣੇ ਤਾਂ ਹੈ, ਇੱਥੇ ਹੀ ਅਸੀਂ, ਸਾਡੀ ਵੀ ਦੁਕਾਨ ਆ, ਸਾਨੂੰ ਵੀ ਫਿਰ ਦੁਕਾਨ ਬੰਦ ਕਰਾਤੀ ਫਟਾਫਟ, ਅਸੀਂ ਬੰਦ ਵੀ ਇੱਧਰ ਨੂੰ ਨਾ ਗੈਸ ਆ ਜਾਵੇ, ਉਹ ਤਾਂ ਹਵਾ ਨਾ ਉੱਧਰ ਨੂੰ ਜਾਂਦੀ ਸੀ, ਨਹੀਂ ਇੱਧਰਲੇ ਲੋਕਾਂ ਨੂੰ ਵੀ ਉਹ ਹਵਾ ਨੇ ਖਰਾਬ ਕਰਨਾ ਸੀ, ਉਹ ਸਵੇਰੇ ਜਿਹੜਾ ਸੀ ਨਾ ਜਿਵੇਂ ਆਪਾਂ ਕਹਿ ਦਈਏ ਪੂਰਾ ਵਗਦਾ, ਉਹ ਪੂਰਾ ਉੱਧਰ ਨੂੰ ਸੀ, ਉੱਧਰ ਵਾਲਿਆਂ ਨੂੰ ਇਹ ਗੈਸ ਚੜੀ ਆ, ਜੇ ਇੱਧਰ ਨੂੰ ਆਉਂਦੀ ਤਾਂ ਸਾਡੇ ਤੱਕ ਵੀ ਆ ਜਾਣੀ ਸੀ, ਤੇ ਇਹ ਜ਼ਹਿਰੀਲੀ ਗੈਸ ਸੀਗੀ। ਆਪਕੇ ਘਰ ਮੇ ਕਿਤਨੇ ਫੈਮਿਲੀ ਮੈਂਬਰ? ਸਾਡੇ 4। ਜਿਹੜੀ ਦੁਕਾਨ ਦੁੱਧ ਵਾਲੀ ਸੀ ਨਾ, ਬੇਰਕਾ ਦੁੱਧ ਵੇਚਦੇ ਨੇ, ਉਹਨਾਂ ਦੇ 3-4 ਘਰ ਨੇ ਜਿੱਥੋਂ ਸੀਵਰੇਜ ਤੋਂ ਗੈਸ ਉੱਠੀ ਹੈ, ਸਾਹਮਣੇ ਉਹਨਾਂ ਦਾ ਘਰ, ਉੱਥੇ ਜਿਹੜਾ ਵੀ ਆਇਆ ਉਹ ਉੱਥੇ ਮਰ ਗਿਆ, ਸਵੇਰੇ ਸਵੇਰੇ 5 ਵਜੇ ਸਾਰੇ, ਹੁਣ ਉਹਨਾਂ ਨੂੰ ਕੀ ਸੁੱਖ ਆਉਂਦਾ ਸੀ ਵੀ ਉਹ ਇੱਥੇ ਗੈਸ ਆ, ਕਿਹਨੂੰ ਪਤਾ ਸੀ ਨਾ, ਉਹ ਤਾਂ ਸੰਡੇ ਕਰਕੇ ਲੋਕਾਂ ਦੀ ਬਚਤ ਹੋ ਗਈ, ਨਹੀਂ ਤਾਂ ਸਵੇਰੇ ਸਵੇਰੇ ਉੱਥੇ ਬਹੁਤ ਲੋਕ ਫੈਕਟਰੀਆਂ ਚੋਂ ਨਿਕਲ ਕੇ ਜਾਂਦੇ ਨੇ, ਬਹੁਤ ਮਰਨੇ ਸੀ, ਉਹ ਤਾਂ ਅੱਜ ਸੰਡੇ ਸੀ, ਇਸ ਕਰਕੇ ਜਿਹੜੇ ਦੁੱਧ ਲੈਣ ਗਏ ਅੰਦਰ ਦੁਕਾਨ ਦੇ ਬੜੇ ਨੇ ਨਾ, ਬਸ ਉਹ ਹੀ ਮਰ ਗਏ ਵਿਚਾਰੇ। ਆਪਣਾ ਨਾਮ? ਅਰਜੂ ਖਾਨ। ਅਰਜੂ, ਆਪ ਕਹਾਂ ਰਹਤੇ ਹੈਂ ਔਰ ਇਸ ਹਾਦਸੇ ਬਾਰੇ ਮੈਂ ਕਿਆ ਜਾਣਤੇ ਹੈਂ? ਮੈਂ ਸੰਘਰਸ਼ਸ਼ੀਲ ਮਜ਼ਦੂਰ ਮੋਰਚਾ ਕਾ ਮੈਂ ਪ੍ਰਧਾਨ ਹੂੰ। ਮੈਂ ਇਸ ਮਾਮਲੇ ਮੈਂ ਮੈਂ ਇਹ ਮਾਨਤਾ ਹੂੰ ਕਿ ਇਸ ਮਾਮਲੇ ਮੈਂ ਸਬਸੇ ਬੜੀ ਕਮੀ ਹੈ ਤੋ ਸਿਸਟਮ ਕੀ ਹੈ। ਸਿਸਟਮ ਛੋੜੋ, ਆਪ ਇਹ ਬਤਾਓ ਨਾ ਕਿ ਇਹ ਗੈਸ ਕਬ ਲੀਕ ਹੋਈ, ਆਪਕਾ ਜਾਣਨੇ ਵਾਲਾ ਤੋ ਨਹੀਂ ਥਾ ਉਸਮੇ ਕੋਈ? ਨਹੀਂ, ਮੇਰਾ ਭਾਈ ਮਰਾ ਹੈ। ਸਮਝ ਗਏ? ਕਿਤਨੀ ਉਮਰ ਥੀ ਆਪਕੇ ਭਾਈ? ਮੇਰੇ ਭਾਈ ਕੀ ਉਮਰ 12 ਸਾਲ ਕੀ ਥੀ। ਸਮਝ ਗਏ? ਕਹਾਂ ਦੁਕਾਨ ਮੇ ਕੋ ਸਮਾਨ ਲੈਣੇ ਗਿਆ ਥਾ? ਨਹੀਂ ਨਹੀਂ, ਉਹ ਰਹਤਾ ਥਾ ਕਮਰੇ ਮੇ ਹੀ। ਸਮਝ ਗਏ? ਹਮਾਰੀ ਕਮਰੇ ਕਹੀਂ ਔਰ ਹੀ, ਔਰ ਮੇਰਾ ਦੋ ਭਾਈ ਅਲਗ ਰਹਤਾ ਥਾ। ਇੱਕ ਭਾਈ ਆਪਕੇ ਭਾਈ ਕੀ ਉਮਰ ਕਿਤਨੀ ਥੀ ਔਰ ਵੋ ਕਿਆ ਕਰਤੇ ਥੇ? ਜੋ ਮਰਾ ਵੋ 12 ਸਾਲ ਕਾ ਥਾ, ਜੋ ਡਿਊਟੀ ਮੇ ਥਾ ਵੋ 16 ਸਾਲ ਕਾ ਥਾ। ਜ਼ਿਆਦਾਤਰ ਲੋਕ ਜਿਨਕੀ ਮ੍ਰਿਤਯੂ ਹੋਈ ਹੈ ਵੋ ਕਹਾਂ ਕੇ ਰਹਿਣੇ ਵਾਲੇ ਥੇ? ਜ਼ਿਆਦਾਤਰ ਯੂਪੀ ਔਰ ਬਿਹਾਰ ਕੇ ਥੇ, ਪ੍ਰਵਾਸੀ ਥੇ। ਸਮਝ ਗਏ? ਬਾਤ ਇਹ ਹੋਈ ਕਿ ਪ੍ਰਸ਼ਾਸਨ ਕੇ ਲੋਕ ਗੈਸ ਸਿਲੰਡਰ ਦੁਕਾਨ ਵੇਚਣੇ ਵਾਲੇ ਸੇ ਕਮਿਸ਼ਨ ਖਾਤੇ ਹੈ। ਠੀਕ ਹੈ, ਆਜ ਭਗਵੰਤ ਮਾਨ ਕੀ ਸਰਕਾਰ ਕਹਤਾ ਹੈ ਕਿ ਥੋੜੀ ਆਪ ਇਹ ਬਤਾਈਏ ਕਿ ਗੈਸ ਕਹਾਂ ਸੇ ਲੀਕ ਹੋਈ, ਕੁਛ ਪਤਾ ਹੈ? ਇਹ ਪਤਾ ਅਗਰ ਹੋਤਾ ਤੋ ਮੈਂ ਖੁਲਾਸਾ ਕਰ ਦਿਆ ਹੋਤਾ। ਆਪ ਆਪਣਾ ਨਾਮ ਬਤਾਈਏ। ਮੇਰੀ ਬਾਤ ਸੁਣੋ, ਇਸਮੇ ਕੁਛ ਆਪਣੀ ਗਲਤੀਆਂ ਹੋਈ ਹੈ ਜਾਂ ਇਹ ਬਾਹਰ ਕੀ ਗਲਤੀਆਂ ਹੋਈ ਹੈ? ਠੀਕ ਹੈ, ਇਸਮੇ ਕੋਈ ਜਾਨਵ ਰਾਤ ਮੇ ਹਾਦਸਾ ਇਹ ਹੁਆ ਹੈ। ਕਿਤਨੇ ਵਜੇ ਹੁਆ? ਇਹ ਰਾਤ ਕੋ ਹਾਦਸਾ ਹੁਆ ਕਿ ਮੈਂ ਵੀ ਗੈਸਪੁਰਾ ਰਹਿਤਾ ਹੂੰ, ਮੈਂ ਜਦੋਂ ਡਿਊਟੀ ਸਵੇਰੇ 5 ਵਜੇ ਹੋਇਆ ਵਾ, ਸਵੇਰੇ 5 ਵਜੇ ਹੋਇਆ ਜਦੋਂ ਉਹਨਾਂ ਨੇ ਖੋਲਿਆ ਗੇਟ ਜਦੀ ਤੋਂ ਮਰ ਗਏ, ਸਵੇਰੇ 5 ਵਜੇ। ਹੁਣ ਕਦੇ ਭਗਵੰਤ ਮਾਨ ਨੂੰ ਫੜ ਲੈਣਗੇ, ਕਦੇ ਕਿਸੇ ਨੂੰ ਫੜ ਲਈਏ। ਆਪ ਇਹ ਬਤਾਈਏ ਕਿ ਕਿਆ ਕਾਰਨ, ਆਪਕੇ ਮੁਤਾਬਿਕ ਕਿਆ ਕਾਰਨ ਹੋ ਸਕਦਾ ਹੈ ਗੈਸ? ਸੁਣੋ ਜੀ, ਗੈਸ ਲੀਕ ਹੋਈ ਆ, ਹੁਣ ਕਿਵੇਂ ਹੋਈ ਆ ਤਾਂ ਬਾਅਦ ਚ ਪਤਾ ਲੱਗੂਗਾ। ਉਹ ਇਹ ਤਾਂ ਹੋਰ ਪਾਸੇ ਨੂੰ ਭੱਜ ਲੈਂਦੇ ਨੇ, ਜਿਹੜਾ ਮਰ ਗਿਆ ਉਹਦਾ ਕੋਈ ਦੁੱਖ ਨਹੀਂ ਗਾ, ਜਿਹੜੇ ਮਰ ਗਏ ਉਹ ਵਿਚਾਰੇ ਗਏ, ਜਿਹੜੇ ਅੱਧੇ ਹਸਪੀਟਲ ਚ ਨੇ ਉਹ ਗਏ, ਉਹ ਲੋਕਾਂ ਨੂੰ ਦੋਸ਼ ਦੇਈ ਜਾਂਦੇ ਆ, ਕਿਸੇ ਦੀ ਗਲਤੀ ਆ, ਗਲਤੀ ਕਿਹਦੀ ਆ? ਜਿਹਦੀ ਆ ਲੱਗੀ ਉਹਦੀ ਕਾਹਦੀ ਗਲਤੀ ਹੁੰਦੀ ਆ? ਕਿਸੇ ਨੂੰ ਕਦੇ ਭਗਵੰਤ ਮਾਨ ਨੂੰ ਫੜ ਲੈਂਦੇ ਨੇ, ਜਿਹਨੂੰ ਇਹ ਲੋਕਾਂ ਨੂੰ ਥੋੜੀ ਕੋਸਾਂ ਨੇ ਕੁਛ ਹੋਰ ਲੋਕ ਬਾਤ ਕਰ ਰਹੇ ਥੇ। ਸਰਵਤਨਾ, ਆਪ ਨਾਮ ਬਤਾਈਏ।
दर्शन सिंह जी। दर्शन सिंह जी, आप जहाँ पे घटना हुई उससे कितने दूरी पे रहते हैं? आए रहने जी नाली अपना मकान। इस हादसे बारे में, इस हादसे के बारे में आपको क्या पता? कोई पता नहीं सर, बारे उन्होंने पता। कोई जान पहचान का आपका भी इसमें था? ना मेरा कोई नहीं। आप बताइए सर, आपने? नहीं सर जी, मैं अभी आया। अभी आ ही रहा हूँ। ਉਧਰ ਪਰਲੇ ਪਾਸੇ ਜਿਹੜਾ ਗੋਇਲ ਦੀ ਦੁਕਾਨ ਹੈ, ਉਧਰਲੇ ਪਾਸੇ ਵਾਲੇ ਬੰਦੇ ਨੂੰ ਜਿਆਦਾ ਤਕਰੀਬਨ ਪਤਾ, ਕਿਉਂਕਿ ਸਵੇਰੇ 7 ਵਜੇ ਨਾ ਇਹ ਸਾਨੂੰ ਕਿਸੇ ਨੂੰ ਨੀ ਪਤਾ ਸੀਗਾ। ਜਿਹੜਾ ਦੁੱਧ ਲੈਣ ਆਇਆ ਦੁਕਾਨਾਂ ਤੇ ਆਏ ਸਵੇਰੇ ਸਵੇਰੇ, ਉਹਨਾਂ ਨੂੰ ਪਤਾ ਲੱਗਿਆ ਕਿ ਬੰਦੇ ਨੂੰ ਐ ਹੋ ਗਿਆ, ਫਿਰ ਉਹ ਭੱਜੇ। ਫਿਰ ਨਾਲ ਹੀ ਪੁਲਿਸ ਆ ਗਈ ਹੈ ਤੇ ਸਾਰਿਆਂ ਨੂੰ ਰੋਕਣ ਲੱਗੀ, ਬਈ ਇੱਧਰ ਨਾ ਆਓ। ਸਾਰਿਆਂ ਨੂੰ ਰੋਕਤਾ, ਫਿਰ ਹੌਲੀ ਹੌਲੀ। ਸਰ ਆਪਣਾ ਨਾਮ ਬਤਾਈਏ। ਨਹੀਂ ਸਰ, ਆਪਣਾ ਨਾਮ ਬਤਾਈਏ। ਸਰ ਮੇਰਾ ਨਾਮ ਭਗਵਾਨ ਸਿੰਘ ਹੈ, ਆਪਾਂ ਰਹਿੰਦੇ ਇਸ਼ਮਾ ਚੌਂਕ ਦੇ ਕੋਟਲੀ ਸਾਈਡ। ਪਰ ਸਾਨੂੰ ਤਾਂ ਹੁਣ ਬਾਅਦ ਪਤਾ ਲੱਗਿਆ ਵੀ ਇੱਦਾਂ ਦਾ ਗੱਲ ਹੋ ਗਈ ਹੈ, ਕਿਉਂਕਿ ਆਪਾਂ ਨੂੰ ਪਤਾ ਨਹੀਂ। ਅਸੀਂ ਤਾਂ ਹੁਣ ਖਬਰਾਂ ਸੁਣੀਆਂ ਤਾਂ ਸਾਨੂੰ ਪਤਾ ਲੱਗਾ, ਮੈਂ ਵੇਖਣ ਵਾਸਤੇ ਆ ਗਿਆ ਤੇ। ਨਹੀਂ, ਆਪਣੇ ਜਾਣ ਪਛਾਣ ਕੇ ਵੀ ਕੋਈ ਲੋਕ ਇਸਮੇ ਹੈ ਕਿਆ? ਮੇਰੀ ਜਾਣ ਪਛਾਣ ਕਿੱਥੋਂ? ਮੈਂ ਹੁਣ ਕੋਈ ਫੋਨ ਕੀਤਾ ਤਾਂ ਉਹ ਤਾਂ ਮਲੇਰਕੋਟਾ ਚਲੇ ਗਏ ਹੈ ਘਰ ਸੇ ਸੁਬਹ। ਆਪਣੇ ਮੂੰਹ ਬੰਦਾ ਹੋਇਆ, ਐਸਾ ਲੱਗ ਰਿਹਾ ਗੈਸ ਅਭੀ ਵੀ ਯਹਾਂ ਪੇ ਆਪਕੋ ਵੀ ਮਹਿਸੂਸ ਹੋ ਰਹੀ ਹੈ? ਐਸਾ ਮੇਰੇ ਕੋ ਤਾਂ ਐਸਾ ਮਹਿਸੂਸ ਨਹੀਂ ਹੋ ਰਿਹਾ, ਲੇਕਿਨ ਮੈਂ ਤਾਂ ਆਪਣੀ ਸੇਫਟੀ ਕੇ ਲਈ ਬਾਂਧਾ ਹੂੰ। ਆਸ਼ੀਸ਼ ਚੌਬੇ ਜੀ, ਆਪਨੇ ਕਿਆ ਦੇਖਾ ਬਤਾਈਏ? ਸਵੇਰੇ ਜਬ ਮੈਂ ਇਧਰ ਸੇ ਆ ਰਹਾ ਥਾ ਆਪਣੇ ਘਰ ਸੇ ਸ਼ਾਂਤੀ ਨਗਰ ਸੇ ਭਾਈ ਕੋ ਲੇਨੇ ਕੇ ਲੀਏ, ਉਸੀ ਟਾਈਮ ਮੇਂ ਇਹ ਜੋ ਵਾਈਫ ਔਰ ਇਨਕੇ ਹਸਬੈਂਡ ਥੇ, ਹਸਬੈਂਡ ਆਰਤੀ ਕਲੀਨਿਕ ਵਾਲੇ, ਯੇ ਆਪਣੇ ਪਾਣੀ ਮਾਰ ਰਹੇ ਥੇ ਆਪਣੀ ਵਾਈਫ ਕੇ ਉਪਰ कि आंख खोलने के लिए। उनकी वाइफ बेहोश हो रही थी, उन्होंने हमें भी बुलाया, मैं रुका भी, उन्होंने मेरे को भी बुलाया कि आओ मेरी मदद करो। जैसे ही मैं उनके पास जा रहा हूँ, वो अपने आप ही बेहोश हो गए। वो भी गिर गए उसी टाइम गिर गए, बाल्टी लेके पानी लेके वहां गिर गए। फिर उसके बाद से मेरे को भागना पड़ा वहां से, मेरे को भी गैस लगने लग गई, तो मेरे को वहां से जानबूझ के निकलना पड़ा जल्दी से। फिर मैंने उसी टाइम पुलिस को फोन किया। फिर मेरे को कंट्रोल रूम से फोन आया, एनडीआरएफ सर का, पुलिस वालों का वो फोन आया, हेडक्वार्टर से फोन आया। आपके मुताबिक अभी कितने लोग घरों में ट्रैप हो सकते हैं? मेरे सामने सर 7 से 8 बंदे तो मेरे सामने गिरे पड़े थे उस टाइम। अब उसके बाद से जब मैं भागा, उसके बाद से मेरे को जानकारी नहीं है कितने हैं हुए पड़े।